ਹਾਂਜੀ ਮਿੱਤਰੋ, ਕੀ ਹਾਲ ਨਹੀਂ ਸਾਰੇ ਭਰਾਵਾਂ ਦੇ? ਹੋਰ ਬਾਈ ਠੀਕ ਠਾਕ ਹੋ? ਅਤੇ ਬਾਈ ਅੱਜ ਫਿਰ ਆਇਆ ਤੁਹਾਡੇ ਲਈ ਲੈ ਕੇ ਨਵੀਂ ਵੀਡੀਓ। ਠੀਕ ਆ, ਅੱਜ ਆਪਾਂ ਫੜਦੇ ਹਾਂ ਕਬੂਤਰ। ਮਤਲਬ ਕਿ ਫੜਦੇ ਤਾਂ ਨਹੀਂ ਯਾਰ, ਆਪਣੇ ਆਪ ਆਜੂਗਾ, ਆਪਾਂ ਨੂੰ ਕੋਈ ਚੱਕਰ ਨਹੀਂ ਗਾ ਫੜਨ ਫੋੜਨ ਦਾ, ਹੈ ਨਾ। ਅਤੇ ਬਾਈ ਆਪਣੇ ਜਾਨਵਰ ਖੁੱਲ੍ਹੇ ਰਹਿੰਦੇ ਨੇ 24 ਘੰਟੇ, ਅਤੇ ਆਪ ਆ ਕੇ ਬਹਿ ਜਾਂਦੇ ਨੇ ਬਾਈ। ਅਤੇ ਤੁਹਾਨੂੰ ਪਹਿਲਾਂ ਜਾਨਵਰ ਦਿਖਾਵਾਂ ਮੈਂ। ਲਓ ਵੀ ਮਿੱਤਰੋ, ਆਹ ਉੱਡਦੇ ਨੇ ਜਾਨਵਰ ਆਪਣੇ। ਠੀਕ ਆ, ਬੱਦਲ ਜਿਹਾ ਹੋਇਆ ਵਾ, ਮੈਂ ਚਲੋ ਅੱਜ ਖੁੱਲ੍ਹੇ ਛੱਡ ਦਿੰਦੇ ਹਾਂ। ਠੀਕ ਆ ਜੀ, ਅਤੇ ਇਹ ਉੱਡਦੇ ਨੇ, ਇਹਨਾਂ ਨੂੰ ਬੈਠਣ ਦਿਉ। ਉਹ ਕੋਠੀ ਆਪਣੀ ਸਾਹਮਣੇ, ਉਹ ਚਿੱਟੀ ਜੀ, ਅਤੇ ਇਹਨਾਂ ਨੂੰ ਬੈਠਣ ਦਿਉ ਨੀਚੇ, ਹੈ ਨਾ। ਅਤੇ ਆਹ ਕੋਠੀ 'ਤੇ ਬਾਈ ਜਾਨਵਰ ਬੈਠਾ ਪਿਛਲੇ ਪਾਸੇ, ਦੇਖਾਂਗੇ ਤੁਹਾਨੂੰ ਦਿਖੂਗਾ। ਨਹੀਂ ਯਾਰ, ਬਾਹਰ ਜਾ ਕੇ ਦਿਖਾਉਣਾ ਵਾ, ਮੈਂ ਬੜਾ ਜਿਹਾ ਇੱਧਰ ਕੈਨਲ ਦਾ ਕੰਮ ਨਿਬੇੜ ਲਾਂ। ਠੀਕ ਆ, ਉਹ ਤੋਂ ਬਾਅਦ ਆਪਾਂ ਤੁਹਾਨੂੰ ਜਾਨਵਰ ਦਿਖਾ ਕੇ ਆਪਾਂ ਸੌਂ ਜਾਂਦੇ ਹਾਂ। ਜਿਹਨੇ ਆਉਣਾ ਹੋਊ ਆਓ, ਜਿਹਨੇ ਨਹੀਂ ਆਉਣਾ ਹੋਊ ਨਾ ਆਓ। ਠੀਕ ਆ ਜੀ, ਅਤੇ ਮੈਂ ਕਰਦਾ ਕੰਟੀਨਿਊ। ਲੈ ਵੀ ਮਿੱਤਰੋ, ਆਹ ਉੱਡਦੇ ਆਪਣੇ ਜਾਨਵਰ, ਅਤੇ ਜਾਨਵਰ ਫਿਰਦਾ ਬਈ ਉਰੇ ਨੀਵਾਂ ਨੀਵਾਂ ਇਹਨਾਂ ਦੇ ਵਿੱਚ। ਤੁਹਾਨੂੰ ਦਿਖਾਉਣਾ ਮਾੜਾ ਜਿਹਾ, ਆਉਣ ਦਿਉ, ਲੱਗਣ ਦਿਉ ਨੇੜੇ ਜੇ, ਅਤੇ ਫਿਰ ਦਿਖਾਉਣੇ ਆ ਤੁਹਾਨੂੰ ਜਾਨਵਰ ਮੇਰੇ ਵੀਰਿਓ। ਅਤੇ ਬਾਈ ਜਾਨਵਰ ਆਹ ਫਿਰਦਾ ਬਾਈ, ਕਰੋ ਚੈੱਕ, ਆ ਜਾਂਦਾ, ਆ ਜਾਂਦਾ। ਠੀਕ ਆ, ਅਤੇ ਬਾਈ ਇਹਨੂੰ ਬੈਠਣ ਦਿਉ, ਅਤੇ ਇਹ ਸ਼ਾਮ ਤੱਕ ਬਹਿ ਜੂ ਯਾਰ ਆਪੇ, ਆਪਾਂ ਤਾਂ ਨਹੀਂ ਜਾਂਦੇ ਹੁਣ। ਆਹ ਆਪੇ ਬਹਿ ਜਾਣਗੇ ਕੋਠੇ 'ਤੇ, ਅਤੇ ਇਹਨੇ ਵਿੱਚ ਰਲ ਜਾਣਾ। ਆਉਂਦਾ ਦੇਖੋ, ਥੋੜ੍ਹਾ ਜਿਹਾ ਦੇਖਿਆ ਸੀਗਾ। ਅਤੇ ਹੁਣ ਮੇਰਾ ਭਰਾ, ਆਪਾਂ ਚੱਲਦੇ ਹਾਂ ਘਰੇ, ਸੌਨੇ ਸੂਨਿਆਂ, ਅਤੇ ਸ਼ਾਮ ਨੂੰ ਇਹ ਕਰਾਂਗੇ ਬਾਈ ਸਿੱਧਾ ਕੰਟੀਨਿਊ ਵੀਡੀਓ। ਠੀਕ ਆ, ਅਤੇ ਹੁਣ ਉਹ ਇੱਧਰ ਜੇ ਨੀਵਾਂ ਹੋ ਗਿਆ, ਕਿਤੇ ਬੈਡ ਬੂਡ ਗਿਆ ਹੋਣਾ ਜਾਂ ਫਿਰ ਉੱਡਦਾ ਹੋਣਾ। ਅਤੇ ਆ ਜਾਨਵਰ ਤਾਂ ਆਪਣੇ ਆਹ ਉੱਡ ਰਹੇ ਨੇ ਬਾਈ ਉੱਪਰ, ਚੈੱਕ ਕਰ ਲਓ ਤੁਸੀਂ ਲੱਟੇ ਲੁੱਟੇ ਜੇ। ਅਤੇ ਹੁਣ ਬਾਈ ਇਹਨਾਂ ਨੂੰ ਰੱਖਦੇ ਹਾਂ ਖੁੱਲ੍ਹੇ ਸਾਰੀ ਦਿਹਾੜੀ। ਲਓ ਵੀ ਮਿੱਤਰੋ, ਅਤੇ ਬਾਈ ਹੁਣ ਆਇਆ ਕੋਠੇ 'ਤੇ, ਕਬੂਤਰ ਬਹਿ ਗਿਆ ਵੀਰੇ, ਆਹ ਬੈਠਾ। ਠੀਕ ਆ, ਉਹ ਤਾਂ ਨਹੀਂ ਹੈਗਾ ਯਾਰ, ਇਹ ਹੋਰ ਆ ਕਬੂਤਰ ਨਵਾਂ, ਅਤੇ ਉਹ ਨਹੀਂ ਹੈਗਾ ਕਬੂਤਰ, ਇਹ ਹੈਗਾ ਵੀਰੇ ਹੋਰ ਕਬੂਤਰ। ਅਤੇ ਹੁਣ ਅਸੀਂ ਬਹਿ ਗਏ ਸਾਈਡ 'ਤੇ, ਉਹ ਕੁੰਡੀ 'ਤੇ ਬਹਿ ਕੇ ਫੰਗ ਫੁੰਗ ਜਿਹਾ ਖੁਰਚਣ ਲੱਗ ਗਿਆ। ਅਤੇ ਬਾਈ ਹੁਣ ਫੜਦੇ ਹਾਂ ਇਹਨੂੰ, ਦਿਖਾਉਂਦੇ ਹਾਂ ਫਿਰ ਤੁਹਾਨੂੰ ਬਾਕੀ ਜਾਨਵਰਾਂ ਦਾ ਸ਼ੌਂਕ ਕਰ ਲਓ ਆਪਣਿਆਂ ਦਾ। ਠੀਕ ਆ, ਇੱਧਰ ਆ ਜੋੜਾ ਬੈਠਾ ਬਾਈ। ਠੀਕ ਆ ਜੀ, ਅਤੇ ਹੁਣ ਫੜਦੇ ਹਾਂ ਬਾਈ ਇਹਨੂੰ, ਅਤੇ ਫਿਰ ਕਰਦਾ ਕੰਟੀਨਿਊ ਵੀਡੀਓ। ਹਾਂ ਵੀ ਮਿੱਤਰੋ, ਅਤੇ ਹੁਣ ਫੜਦੇ ਹਾਂ ਬਾਈ ਆਪਾਂ ਕਬੂਤਰ, ਅਤੇ ਮਾੜਾ ਜਿਹਾ ਲਾਈਵ ਫੜ ਕੇ ਦਿਖਾਵਾਂਗੇ ਤੁਹਾਨੂੰ। ਠੀਕ ਆ, ਉਹ ਸਾਲਾ ਪਾਣੀ ਪੂਣੀ ਆ ਪੀ ਰਿਹਾ। ਅਤੇ ਬਾਈ ਕੈਮਰਾਮੈਨ ਕੈਮਰਾ ਹੋਲਡ ਕਰੋ ਵੀਰੇ, ਸਾਰੀ ਵੀਡੀਓ ਆਵੇ ਵਧੀਆ। ਠੀਕ ਆ, ਤਰੀਕੇ ਨਾਲ। ਠੀਕ ਆ, ਅਤੇ ਬਾਈ ਹੁਣ ਜਲਦੇ ਹਾਂ ਆਪਾਂ, ਅਤੇ ਥੋੜ੍ਹਾ ਜਿਹਾ ਤਰੀਕੇ ਨਾਲੇ ਬਣਨਾ ਪਊਗਾ ਬਾਈ। ਆਹ ਫੜਿਆ ਬਾਈ ਜਾਨਵਰ, ਤੇ ਵਗਿਆ ਵਗਿਆ ਤਾਂ ਨਹੀਂ ਹੈਗਾ, ਇਹ ਹੈਗਾ ਬਾਈ ਆਪਣੇ ਆਂਟੀਆਂ ਦਾ। ਠੀਕ ਹੈ ਜੀ, ਅਤੇ ਤੁਸੀਂ ਸ਼ੌਂਕ ਕਰ ਲਓ ਜਾਨਵਰ ਦਾ, ਵਧੀਆ ਆ ਰਹੀ ਆ ਬਾਈ ਵੀਡੀਓ। ਇੱਧਰ ਆ ਜਾ ਮਾੜਾ ਜਿਹਾ, ਇੱਥੇ ਬਣਾ। ਠੀਕ ਆ ਜਾਨਵਰ ਚੰਗਾ ਬਾਈ, ਜਿੱਥੇ ਤੱਕ ਮੈਨੂੰ ਲੱਗਦਾ ਝਾੜ ਪਿਆ ਪਿਆ ਥੋੜ੍ਹਾ ਜਿਹਾ, ਅਤੇ ਆਹ ਟੇਲ ਟੂਲ ਜੀ ਚੈੱਕ ਕਰ ਲਓ, ਪੰਜੇ ਚੈੱਕ ਕਰ ਲਓ। ਠੀਕ ਆ ਜੀ, ਅਤੇ ਬਾਈ ਇਹ ਨਾ ਬਾਹਰ ਰਿਹਾ ਵਗਾ ਸਾਚਰ,
ਮੱਚਿਆ ਪਿਆ ਬਾਈ ਉੱਡ ਉੱਡ, ਅਤੇ ਆਹ ਕੁਛ ਜਾਨਵਰ ਆ, ਠੀਕ ਹੈ ਜੀ, ਮਾੜਾ ਜਿਹਾ ਖੁੱਡੇ ਜੇ ਛੱਡ ਕੇ ਜਾਨਵਰ ਚੰਗਾ ਯਾਰ ਜਿੱਥੇ ਤੱਕ ਮੈਨੂੰ ਲੱਗਦਾ, ਠੀਕ ਆ। ਬਾਕੀ ਖਿਲਾੜੀ ਬੰਦਿਆਂ ਨੂੰ ਪਤਾ ਹੋਊ ਬਾਈ ਆਪਾਂ ਤਾਂ ਨਵੇਂ ਆ, ਬਾਕੀ ਤੁਸੀਂ ਚੈੱਕ ਕਰ ਲਓ ਥੋੜ੍ਹਾ ਜਿਹਾ ਇੱਧਰ ਲਾਇਆ ਬਾਈ ਫੋਨ, ਹਾਂ ਠੀਕ ਆ ਬਾਈ, ਓਕੇ ਕਰਦੇ ਬੰਦ, ਓਕੇ। ਲਓ ਜੀ ਮਿੱਤਰੋ, ਅਤੇ ਬਾਈ ਹੁਣ ਤੁਹਾਨੂੰ ਪਰਕ ਹੁੰਦਿਆਂ ਦਾ ਸ਼ੌਂਕ ਕਰਾ ਦਈਏ, ਪਰਕ ਹੁੰਦੇ ਦਿਖਾਉਣੇ ਤਾਂ ਅਸੀਂ ਭੁੱਲੇ ਗਏ ਤੇ, ਹੈ ਨਾ, ਅਤੇ ਆਹ ਤੁਸੀਂ ਚੈੱਕ ਕਰ ਲਓ ਬਾਈ ਯਾਰ, ਪਰਾਂ ਦਾ ਤਾਂ ਚੰਗਾ ਬਾਈ ਕਬੂਤਰ, ਜਿਵੇਂ ਉਸਤਾਦ ਲੋਕ ਕਹਿੰਦੇ ਹੁੰਦੇ ਨੇ, ਨੌਵਾਂ ਪਰ ਵੱਡਾ ਚਾਹੀਦਾ, ਦਸਵਾਂ ਪਰ ਹੁੰਦਾ ਜਿਹੜਾ ਉਹ ਛੋਟਾ ਚਾਹੀਦਾ, ਠੀਕ ਹੈ। ਤੁਸੀਂ ਦਸਵਾਂ ਪਰ ਕਬੂਤਰ ਤਾਂ ਛੋਟਾ ਬਾਈ, ਕੋਲ ਆ ਕੇ ਦਿਖਾ ਦੇ, ਪਰਕ ਹੁੰਦਿਆਂ ਦਾ ਯਾਰ ਸਹੀ ਆ, ਠੀਕ ਆ, ਅਤੇ ਇੱਧਰਲਾ ਵੀ ਪਰ ਤੁਸੀਂ ਚੈੱਕ ਕਰ ਲਓ, ਇੱਧਰੋਂ ਬਾਈ ਵਾਈਬ੍ਰੇਸ਼ਨ ਵੀ ਪੂਰੀ ਆ ਬਾਈ, ਪਰਾਂ 'ਚ ਇਹੀ ਗੱਲ ਨਹੀਂ, ਇੱਕ ਪੱਤੇ ਦੀ ਮੂਸ ਆ ਬਾਈ ਕਬੂਤਰ ਦੀ, ਇੱਕ ਪੱਤੇ ਦੀ ਜਮਾਂ, ਠੀਕ ਆ। ਅਤੇ ਬਾਈ ਚੰਗਾ ਕਬੂਤਰ ਹੈਗਾ ਐਂਟੀਆਂ ਦਾ ਬਾਈ, ਕਾਲੀ ਨੋਕ ਹੋ ਗਈ, ਅਤੇ ਇਹ ਨਹੀਂ ਜਚਿਆ ਯਾਰ, ਕਾਲੀ ਨੋਕ ਹੋ ਗਈ ਸਾਲੇ, ਇਹ ਨੌਣੇ ਮੂਮੀਆਂ ਜੇ, ਚਲੋ ਕੋਈ ਨਾ, ਆਪਾਂ ਤਾਂ ਡਾਉਣਾ ਆ, ਆਪਾਂ ਨੂੰ ਕੋਈ ਚੱਕਰ, ਕੋਈ ਚੱਕਰ ਨਹੀਂ, ਜਿਵੇਂ ਮਰਜ਼ੀ ਉੜੇ ਨਾ ਉੜੇ, ਆਪਾਂ ਨੂੰ ਕੋਈ ਚੱਕਰ ਨਹੀਂ ਆ ਬਾਈ। ਅਤੇ ਆਹ ਕਬੂਤਰ ਆ, ਠੀਕ ਆ ਬਾਈ, ਛੱਡ ਕੇ ਵੀ ਤੁਹਾਨੂੰ ਦਿਖਾਤਾ, ਅਤੇ ਮਾੜਾ ਜਿਹਾ ਹੁਣ ਵੀਡੀਓ ਬੰਦ ਕਰ ਲਾ, ਹਾਂਜੀ ਬਾਈ ਜੀ। ਅਤੇ ਬਾਈ ਆਹ ਲਾ ਤੇ ਬਾਈ, ਇਹਦੇ ਬਸ ਘੂਏ 'ਤੇ ਜੰਗਲੇ 'ਤੇ ਚਾੜਤਾ ਬਾਈ, ਦੇਖਣ ਨੂੰ ਇਹਨੂੰ ਕੋਠਾ ਕੂਟਾ ਫਿਰ ਛੱਡਾਂਗੇ। ਅਤੇ ਬਾਕੀ ਭਰਾ ਮੇਰੇ ਆਈ ਸੀਗੀ ਅੱਜ ਦੀ ਵੀਡੀਓ ਬਾਈ, ਅਤੇ ਜਾਨਵਰ ਆਪਣੇ ਉੱਡ ਰਹੇ ਨੇ ਵੀਰੇ, ਆ ਉੱਡ ਰਹੇ ਨੇ, ਟਾਈਮ ਟੂਮ ਵਧੀਆ ਮਾਰ ਕੇ ਆਉਂਦੇ ਨੇ, ਇਹ ਲੰਘ ਗਏ ਸੀਗੇ ਨਾਲ ਦੇ ਪਿੰਡ ਗਾਹ ਕੇ ਆਏ ਨੇ। ਅਤੇ ਬਾਕੀ ਬਸ ਭਰਾ ਮੇਰੇ, ਵੀਡੀਓ ਆਹੀ ਸੀਗੀ ਅੱਜ ਦੀ, ਅਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ, ਅਤੇ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਵੀਡੀਓ ਨੂੰ ਕਰ ਦਿਓ ਸ਼ੇਅਰ, ਅਤੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ, ਲਵ ਯੂ ਆਲ।